अस्सलाम वालेकुम दोस्तों, की हाल है? ठीक ठाक जी। मैं तुहाडा वीर नवीद बंदेशा, कबड्डी का शौकी। अज माशाला वो प्लेयर इन्होंने इंटर कर रहे हैं जिहड़े कि 2013 में वर्ल्ड कप खेल के आए हैं। मेरी मुराद ट्विंकल सहेल तो हाँ, ट्विंकल सहेल माशाला बहुत ही अच्छे प्लेयर रही है। बाकी जी गल करते हैं। अस्सलाम वालेकुम। वालेकुम अस्सलाम। मेरा नाम ट्विंकल सहेल है। तो मैं 2013 च कबड्डी खेलना शुरू किया। असी कबड्डी वर्ल्ड कप जरा इंडिया च खेलिया, काफ़ी साढ़ा अच्छा मूवमेंट रहा, क्योंकि पाकिस्तान पहली दफ़ा टीम बनी सी उस टाइम। तो पंजाब हुकूमत ने बड़ा ज़्यादा कबड्डी मोबिलाइज किया, उनकी वजह तो साढ़िया जिन्या भी पावरफुल गर्ल्स कुड़ियाँ है सन, उन्होंने सारिया कुड़िया की टीम बना के उन्होंने खेडने लैके गए सी। ਤੁਸੀਂ ਉਦੋਂ ਕਿਸੇ ਕਲਾਸ 'ਚ ਪੜ੍ਹ ਰਹੇ ਸੀ ਯੂਨੀਵਰਸਿਟੀ ਵਿੱਚ ਸੀਗਾ ਜਦੋਂ ਤੁਹਾਨੂੰ ਸੱਦਾ ਮਿਲਿਆ ਕਬੱਡੀ ਦਾ? ਮੈਂ ਉਸ ਟਾਈਮ ਮੈਟ੍ਰਿਕ ਦੇ ਸਟੂਡੈਂਟ ਸਾਂ ਜੀ ਜੀ ਅਤੇ ਮੈਂ 9ਵੀਂ 10ਵੀਂ ਕਰਨੀ ਪਈ ਸਾਂ। ਠੀਕ। ਕਿੱਥੋਂ ਬਿਲੋਂਗ ਕਰ ਰਹੇ ਹੋ? ਮੈਂ ਲਾਹੌਰ ਤੋਂ ਬਿਲੋਂਗ ਕਰਨੀ ਵੱਡੇ ਸੰਦ ਤੋਂ। ਠੀਕ ਹੋ ਗਿਆ। ਔਰ ਤੁਹਾਨੂੰ ਪਹਿਲੇ ਸ਼ੌਕ ਹੈ ਸੀ ਲੇਕਿਨ ਜਾਂ ਤੁਸੀਂ ਸਿਰਫ ਇੱਕ ਬੁਲਾਵੇ ਦੇ ਕਰਨ ਕਰਕੇ ਤੁਸੀਂ ਕਬੱਡੀ ਖੇਲਣ ਲੱਗ ਪਿਆ, ਤੁਹਾਨੂੰ ਪਹਿਲੇ ਵੀ ਸ਼ੌਕ ਹੈ ਸੀ? ਮੈਂ ਸ਼ੁਰੂ ਤੋਂ ਮੇਰੇ ਵਾਲਿਦ ਸਾਹਿਬ ਮੇਰੇ ਕੋਚ ਰਹੇ ਸੀ ਅਤੇ ਮੇਰਾ ਆਪਣਾ ਦਿਲ ਹੈਗਾ ਸੀ ਕਿ ਮੈਂ ਇਹੋ ਜਿਹੀ ਗੇਮ ਕਰਾਂ ਜਿਹੜੀ ਸਭ ਤੋਂ ਹਟ ਕੇ ਹੋਵੇ। ਅਤੇ ਉਸ ਟਾਈਮ ਕਬੱਡੀ ਸ਼ੁਰੂ 'ਚ ਸਟਾਰਟ ਹੋਈ ਸੀ ਅਤੇ ਮੇਰਾ ਬੜਾ ਰੁਝਾਨ ਸੀ ਇਹਦੇ ਵੇਲੇ। ਠੀਕ ਹੋ ਗਿਆ। ਤੁਸੀਂ ਮਾਸ਼ਾਅੱਲਾ ਇੱਕ ਸਟਰੋਂਗ ਵੂਮੈਨ ਹੋ, ਇੱਕ ਸਟਰੋਂਗ ਗਰਲ ਹੋ ਤੁਸੀਂ, ਅਤੇ ਤੁਹਾਡਾ ਫੈਸਲਾ ਆਪਣਾ ਹੀ ਸੀਗਾ ਜਦੋਂ ਤੁਸੀਂ ਆਗਾਜ਼ ਕੀਤਾ, ਉਦੋਂ ਤੁਹਾਡਾ ਕੋਈ ਆਈਡੀਅਲ ਵੀ ਹੈ ਸੀ ਕਬੱਡੀ ਵਿੱਚ ਜਾਂ ਸਿਰਫ ਤੁਸੀਂ ਵੈਸੇ ਹੀ ਸ਼ੌਕੀ ਆਗਾਜ਼ ਕਰ ਲਏ? ਉਸ ਟਾਈਮ 'ਤੇ ਤਾਂ ਸਾਨੂੰ ਇੰਨਾ ਅਵੇਅਰਨੈਸ ਹੀ ਨਹੀਂ ਸੀ ਹੈਗੀ ਕਿ ਅਸੀਂ ਇੰਨਾ ਰੁਝਾਨ ਨਾ ਮਤਲਬ ਕਿਸੇ ਨੂੰ ਆਪਣਾ ਦਿਮਾਗ 'ਚ ਰੱਖ ਕੇ ਟ੍ਰੇਨਿੰਗ ਕਰ ਸਕੀਏ। ਅਤੇ 2013 ਦੀ ਕਬੱਡੀ ਵਰਲਡ ਕੱਪ ਤੋਂ ਬਾਅਦ ਸਾਡਾ ਬੜਾ ਜ਼ਿਆਦਾ ਰੁਝਾਨ ਸੀ, ਜਿਸ ਤਰ੍ਹਾਂ ਅਸੀਂ ਮੁੰਡਿਆਂ ਦੀ ਟ੍ਰੇਨਿੰਗ ਵੇਖਦੇ ਸਾਂ, ਫਿਰ ਉੱਥੇ ਜਾ ਕੇ ਵੀ ਅਸੀਂ ਕੁੜੀਆਂ ਦੀ ਅਲੱਗ ਅਲੱਗ ਟੀਮਾਂ ਵੇਖੀਆਂ, ਬਹੁਤ ਜ਼ਿਆਦਾ ਅੱਛਾ ਉਹ ਖੇਲਦੀਆਂ ਸੀ। ਅਤੇ ਉਹਨਾਂ 'ਚੋਂ ਮੈਨੂੰ ਅਨੂ ਰਾਣੀ ਬੜੀ ਪਸੰਦ ਸੀ ਕਿਉਂਕਿ ਉਹ ਮੈਂ ਸਟੋਪਰ ਖੇਲਣੀ ਸਾਂ ਅਤੇ ਉਹ ਸਟੋਪਰ ਬੜੇ ਅੱਛਾ ਜਪ ਲਾਉਂਦੀ ਸੀ ਉਹ। ਅਤੇ ਉਸ ਟਾਈਮ 2013 ਤੋਂ ਬਾਅਦ ਮੈਂ ਉਹਨੂੰ ਮਤਲਬ ਫੋਲੋ ਕਰਨਾ ਸ਼ੁਰੂ ਕੀਤਾ। ਅਤੇ ਸਾਡੀ ਪਾਕਿਸਤਾਨ 'ਚ ਜਿਹੜੀ ਸਾਡੀ ਵਾਈਸ ਕੈਪਟਨ ਹੈਗੀ ਸੀ ਸੁਮੈਰਾ ਜ਼ਹੋਰ, ਉਹ ਵੀ ਮੇਰੀ ਆਈਡੀਅਲ ਰਹੀ ਹੈ। ਜਦੋਂ ਅਸੀਂ ਕੈਂਪ 'ਚ ਟ੍ਰੇਨਿੰਗ ਕਰਨੇ ਸਾਂ ਉਹ ਇਕੱਠੇ ਹੀ ਹੈਗੇ ਸਾਂ, ਅਤੇ ਉਹਨਾਂ ਦਾ ਰਿਕਾਰਡ ਹੈ ਕਿ ਮੈਚ ਦੇ ਵਿੱਚ ਉਹਨਾਂ ਨੇ 22 ਜਫ ਲਾਏ ਸੀ, ਅਤੇ ਇਹ ਸਾਡੇ ਪਾਕਿਸਤਾਨ ਲਈ ਬੜੀ ਇਜ਼ਾਜ਼ ਦੀ ਗੱਲ ਹੈਗੀ। ਮੈਂ ਰਾਤ ਇੰਟਰਵਿਊ ਕੀਤਾ ਸੁਣਾ ਦਾ ਕੱਲ ਉਹਨਾਂ ਦਾ, ਹਾਂਜੀ, ਔਰ ਦੱਸਿਆ ਸੀ ਔਰ ਮੈਂ ਕਹਿੰਦਾ ਸੀ ਕਿ ਇੱਕ ਬਹੁਤ ਵੱਡੀ ਸਟਾਰ ਆ ਜਿਨ੍ਹਾਂ ਨੇ ਮਤਲਬ ਇਹ ਜਿਹੜਾ ਹੈਗਾ ਵਾ ਇੰਨਾ ਵੱਡਾ ਕੰਮ ਕਰਕੇ ਔਰ ਲੜਕੀਆਂ ਵਿੱਚ ਇੱਕ ਨਾਮ ਪੈਦਾ ਕੀਤਾ, ਪਹਿਲੀ ਕਬੱਡੀ ਦੀ ਜਿਹੜੀ ਹੈਗੀ ਨਾ ਲੜਕੀ ਉਹ ਸੀ ਉਹਨਾਂ ਦਾ। ਅੱਛਾ, ਜਦੋਂ ਉਹਨਾਂ ਤੁਸੀਂ ਨਾਲ ਉੱਥੇ ਗਏ, ਤੁਹਾਡਾ ਕੋਈ ਯਾਦਗਾਰੀ ਜੱਫਾ ਜਿਹੜਾ ਤੁਸੀਂ ਲਾਇਆ ਹੋਵੇ, ਜਿਹੜਾ ਸਟੋਪ ਕੀਤਾ ਹੋਵੇ ਤੁਹਾਨੂੰ ਜਿਹੜਾ ਯਾਦ ਹੋਵੇ, ਮੈਂ ਉਹਨੂੰ ਸਟੋਪ ਕੀਤਾ ਸੀ, ਉਹਨਾਂ ਨੇ 22 ਜੱਫੇ ਲਾਏ, ਤੁਸੀਂ ਕਿੰਨੇ ਲਾਏ? ਉਹ ਤੇ ਹਰ ਮੂਮੈਂਟ ਹੀ ਜਦੋਂ ਅਸੀਂ ਟ੍ਰੇਨਿੰਗ 'ਚ ਵੀ ਉੱਥੇ ਵੀ ਜੱਫ ਲਾਉਂਦੇ ਹਾਂ ਤਾਂ ਸਾਨੂੰ ਯਾਦਗਾਰ ਹੀ ਰਹਿੰਦਾ ਵੇ, ਕਿਉਂਕਿ ਅਸੀਂ ਇਹ ਰਿਕਾਰਡ ਅਸੀਂ ਪੂਰੀ ਟੀਮ ਨੇ ਲਿੱਤਾ ਸੀ ਕਿ ਪਾਕਿਸਤਾਨ ਦੀ ਟੀਮ ਪਹਿਲੀ ਦਫਾ ਆਈ ਹੈ ਅਤੇ ਉਹਨਾਂ ਨੇ ਦੱਸਿਆ ਵੇ ਕਿ ਅਸੀਂ ਕੋਈ ਟ੍ਰੇਨਿੰਗ ਕੀਤੀ ਹੋਈ ਹੈ। ਅੱਛਾ, ਤੁਸੀਂ ਦੱਸੋ ਕਿ ਮਾਸ਼ਾਅੱਲਾ ਇਹੀ ਮਸ਼ਹੂਰ ਆ ਜਾਂ ਸਭ ਇਹੀ ਜਾਣਦੇ ਕਿ ਜਿਹੜੇ ਨੌਜਵਾਨ ਹੁੰਦੇ ਆ, ਜਿਹੜੇ ਮਰਦ ਹੁੰਦੇ ਆ, ਉਹ ਬੜੇ ਤਾਕਤਫੁੱਲ ਹੁੰਦੇ ਆ, ਬੜੇ ਮਤਲਬ ਤਾਕਤਵਰ ਹੁੰਦੇ ਆ ਔਰ ਹਿੰਮਤ ਵਾਲੇ ਕੰਮ ਉਹੀ ਕਰਦੇ ਆ, ਹਾਂਜੀ, ਤੁਸੀਂ ਕਿਹਨੂੰ ਦੇਖ ਕੇ ਜਾਂ ਤੁਸੀਂ ਮਾਸ਼ਾਅੱਲਾ ਐਸੀ ਤੁਹਾਡੀ ਫੈਮਿਲੀ ਵਿੱਚ ਕਿਹੜਾ ਐਸਾ ਮਾਸ਼ਾਅੱਲਾ ਨੌਜਵਾਨ ਜਾਂ ਤੁਹਾਡਾ ਬਹਾਦਰ, ਇੱਕ ਬਹਾਦਰੀ ਵਾਲਾ ਕੰਮ ਜਿਹੜਾ ਤੁਸੀਂ ਕਰਨ ਡਏ ਹੋ? ਹਾਂਜੀ, ਮੇਰੇ ਵਾਲਿਦ ਸਾਹਿਬ ਆਪ ਸਪੋਰਟਸਮੈਨ ਹੈਗੇ ਸੀ, ਪਰ ਉਹਨਾਂ ਦੀ ਫੈਮਿਲੀ ਇਸ਼ੂਜ਼ ਦੀ ਵਜ੍ਹਾ ਤੋਂ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਿਆ, ਅਤੇ ਉਹਨਾਂ ਦੀ ਖੁਆਇਸ਼ ਸੀ ਕਿ ਅਗਰ ਮੇਰੇ ਬੱਚਿਆਂ 'ਚ ਇਸ ਚੀਜ਼ ਦਾ ਟੈਲੈਂਟ ਹੋਇਆ ਤਾਂ ਮੈਂ ਉਹਨਾਂ ਨੂੰ ਮੌਕਾ ਦੇਵਾਂਗਾ। ਅਤੇ ਉਹਨਾਂ ਨੂੰ ਆਪਣੇ ਜ਼ਿਹਨ 'ਚ ਰੱਖ ਕੇ ਅਸੀਂ ਸਾਰੀ ਫੈਮਿਲੀ ਨੇ ਸਪੋਰਟਸ ਦਾ ਆਗਾਜ਼ ਕੀਤਾ, ਅਤੇ ਅੱਗੋਂ ਫਿਰ ਜੂੰ ਕਬੱਡੀ ਦਾ ਜਿਹੜਾ ਵੇ ਉਹ ਜਿਸ ਤਰ੍ਹਾਂ ਸਰਕਲ ਕਬੱਡੀ 2014 ਤੋਂ 15 ਤੋਂ ਬਾਅਦ ਖਤਮ ਹੁੰਦੀ ਗਈ, ਅਤੇ ਉਦੋਂ ਬਾਅਦ ਫਿਰ ਮੈਂ ਪਾਵਰ ਲਿਫਟਿੰਗ ਵੇਟ ਲਿਫਟਿੰਗ ਕਰਨ ਲੱਗ ਗਈ। ਆਪਣਾ ਕੰਟੀਨਿਊ ਕੀਤਾ, ਸ਼ੌਕ ਨੂੰ ਛੱਡਿਆ ਨਹੀਂ ਕਿ ਜਿਹੜਾ ਹੈਗਾ ਵਾ ਇਹ ਮਤਲਬ ਇੱਕ ਪਾਵਰਫੁਲ ਵੂਮੈਨ ਦਾ ਤੁਸੀਂ ਜਿਹੜਾ ਕੋਈ ਵੀ ਇੱਕ ਚੀਜ਼ ਹੈਗੀ ਸੀ ਤੁਸੀਂ ਉਹਨੂੰ ਕੰਟੀਨਿਊ ਕੀਤਾ, ਉਹਨੂੰ ਤੁਸੀਂ ਛੱਡਿਆ? ਹਾਂਜੀ, ਦਿਮਾਗ 'ਚ ਅਸੀਂ ਇਹ ਜਜ਼ਬਾ ਰੱਖਿਆ ਸੀ ਦਿਲ 'ਚ ਵੀ ਅਤੇ ਦਿਮਾਗ 'ਚ ਵੀ ਕਿ ਅਸੀਂ ਨਾ ਗੇਮ ਕਰਨੀ ਹੈ ਅਤੇ ਪਾਕਿਸਤਾਨ ਲਈ ਕੁਛ ਨਾ ਕੁਛ ਕਰਕੇ ਵਹਾਉਣਾ। ਅਤੇ ਫਿਰ ਮੈਂ 2015 'ਚ ਮੈਂ ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਕਰਨਾ ਸਟਾਰਟ ਕਰਤੀ, ਅਤੇ 2015 'ਚ ਮੈਂ ਏਸ਼ੀਅਨ ਗੋਲਡ ਮੈਡਲਿਸਟ ਹੋਈ ਪਾਵਰ ਲਿਫਟਿੰਗ 'ਚ। ਮਸਕਤ ਉਮਾਨ 'ਚ ਜਾ ਕੇ ਮੈਂ 160 ਕੇਜੀ ਵੇਟ ਉਠਾ ਕੇ ਅਤੇ ਪਾਕਿਸਤਾਨੀ ਪਹਿਲੀ ਵੂਮੈਨ ਦਾ ਲਕਬ ਲਿੱਤਾ। ਕੀ ਬਾਤ ਹੈ! ਪਾਕਿਸਤਾਨ ਤੋਂ ਤੁਸੀਂ ਜਾ ਕੇ ਮਸਕਤ ਸ਼ਹਿਰ ਵਿੱਚ? ਹਾਂਜੀ, ਜਾਂ ਹੋਰ ਕਿਸੇ ਸ਼ਹਿਰ ਵਿੱਚ? ਮਸਕਤ ਉਮਾਨ, ਮਸਕਤ ਤੋਂ ਸ਼ਹਿਰ ਵਿੱਚ। ਠੀਕ ਹੋ ਗਿਆ। ਔਰ ਕਿੰਨਾ ਤੁਸੀਂ ਜਿਹੜਾ ਹੈਗਾ ਸੀ ਉਹ ਜਿਹੜਾ ਉਹ ਪਾਵਰ ਵੇਟ ਉਠਾਇਆ? 160 ਕੇਜੀ ਉਸ ਟਾਈਮ ਮੇਰਾ ਆਪਣਾ ਵੇਟ 52 ਕੇਜੀ ਸੀ, ਸਾਡੇ ਬੋਡੀ ਇਸ ਟਾਈਮ ਮੇਰਾ 72 ਕੇਜੀ ਵੇਟ ਹੈ। ਅੱਛਾ, ਮਾਸ਼ਾਅੱਲਾ, ਆਪਣੇ ਵੇਟ ਤੋਂ ਬਹੁਤ ਜ਼ਿਆਦਾ ਤੁਸੀਂ ਚੁੱਕ ਲਿਆ। ਹਾਂਜੀ, ਪਰ ਮੈਂ ਆਪਣੀ ਇਹ ਜਰਨੀ ਖਤਮ ਨਹੀਂ ਕੀਤੀ, ਮੈਂ ਇਹਨੂੰ ਕੰਟੀਨਿਊ ਰੱਖੀ, ਨਾਲ ਮੈਂ ਸਟੱਡੀ ਵੀ ਰੱਖੀ। ਮੈਂ ਇਸ ਟਾਈਮ BS ਸਪੋਰਟਸ ਸਾਇੰਸਿਸ ਕੀਤਾ, ਹੁਣ ਇਹਨੇ ਕੰਪਲੀਟ ਕੀਤਾ ਮੈਂ, ਅਤੇ ਨੈਕਸਟ ਇਨਸ਼ਾਅੱਲਾ ਮੇਰਾ ਇਰਾਦਾ ਵੀ ਐਮਫਿਲ ਕਰਨ ਦਾ। 2013 'ਚ ਮੈਂ ਓਸ਼ੇਨੀਆ ਪੈਸੀਫਿਕ ਚੈਂਪੀਅਨਸ਼ਿਪ ਸੀ ਜਿਹੜੀ ਕਿ ਸਿੰਗਾਪੁਰ 'ਚ ਸੀ, ਉਹਦੇ 'ਚ ਮੈਂ 240 ਕੇਜੀ ਦੀ ਵੇਟ ਚੁੱਕੀ ਆ, ਅਤੇ ਮੇਰਾ ਆਪਣਾ ਵੇਟ 72 ਕੇਜੀ ਸੀ, ਅਤੇ ਅੱਲਾ ਦੇ ਹੁਕਮ ਨਾਲ ਉਹਦੇ 'ਚ ਮੈਂ 4 ਏਸ਼ੀਆ ਦੇ ਗੋਲਡ ਮੈਡਲ ਲਿੱਤੇ।
ਤੇ ਇਹੀ ਕੰਮ ਨੂੰ ਬਰਕਰਾਰ ਰੱਖਦੇ ਰੱਖਦੇ ਮੈਂ 2018 'ਚ ਫਿਰ ਦੁਬਈ ਗਈ। ਦੁਬਈ 'ਚ ਫਿਰ ਮੈਂ ਏਸ਼ੀਆ ਦਾ ਗੋਲਡ ਮੈਡਲ ਲਿੱਤਾ। ਉਹਦੇ 'ਚ ਵੀ ਮੇਰਾ ਆਪਣਾ ਵੇਟ 72 kg ਸੀ ਅਤੇ ਮੈਂ 370 kg ਵੇਟ ਚੁੱਕਿਆ। ਅੱਛਾ ਮਾੜੀ ਜਿਹੀ ਗੱਲ ਦੱਸੋ ਕਿ ਕਿੱਦੀ ਮਾਸ਼ਾਅੱਲਾ ਤੁਹਾਡਾ ਬਹੁਤ ਥੋੜ੍ਹਾ ਵੇਟ ਆ ਲੇਕਿਨ ਤੁਸੀਂ ਬੜਾ ਹੈਵੀ ਵੇਟ ਉਠਾ ਰਹੇ ਹੋ, ਇਹਦੀ ਕੀ ਆ ਪਿੱਛੇ ਟੈਕਨੀਕ ਕੀ ਆ ਦੱਸੋ ਜ਼ਰਾ। ਬੇਸਿਕਲੀ ਕੁਛ ਲੋਕ ਸਮਝਦੇ ਨੇ ਕਿ ਇਹ ਨੋ ਡਾਊਟ ਕਿ ਇਹ ਭਲਵਾਨਾਂ ਵਾਲੀ ਗੇਮ ਹੈ, ਇਹਦੇ 'ਚ ਖਾਣਾ ਪੈਂਦਾ ਵੇ, ਪਰ ਇਹਦੇ 'ਚ ਸਭ ਤੋਂ ਜ਼ਿਆਦਾ ਸਾਡਾ ਮਾਇੰਡ ਬਹੁਤ ਜ਼ਿਆਦਾ ਮੇਕਅਪ ਹੋਣਾ ਚਾਹੀਦਾ। ਇਹਦੇ 'ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਟੈਕਨੀਕ ਰੱਖਦੀ ਹੈ। ਪਾਵਰ ਲਿਫਟਿੰਗ ਲੈ ਲਓ, ਵੇਟ ਲਿਫਟਿੰਗ ਲੈ ਲਓ, ਸਨੈਚ ਤੁਸੀਂ ਟੈਕਨੀਕ ਨਾਲ ਲਾਉਣੀ ਹੈ। ਵੇਟ ਅਗਰ ਤੁਸੀਂ ਸਮਝਦੇ ਹੋ ਕਿ ਅਸੀਂ ਵੇਟ ਜ਼ਿਆਦਾ ਲੱਗ ਰਿਹਾ ਹੈ ਤਾਂ ਤੁਸੀਂ ਦਿਮਾਗ ਨਾਲ ਅਗਰ ਸਨੈਚ ਲਾਓਗੇ ਤਾਂ ਤੁਹਾਡੇ ਕੋਲ ਆ ਗਈ ਹੈ ਕਿ ਤੁਸੀਂ ਕਹੋਗੇ ਨਾ ਵੇਟ ਜ਼ਿਆਦਾ ਅਤੇ ਫਿਰ ਤੁਹਾਡੇ ਕੋਲ ਸਨੈਚ ਨਹੀਂ ਲੱਗੇਗੀ। ਤੁਹਾਡੀ ਬਿਲਕੁਲ ਗੱਲ ਅੱਛੀ ਹੈਗੀ, ਜਿੱਦਾਂ ਮਤਲਬ ਜਿਸ ਬੰਦੇ ਨੇ ਕੁਛ ਨਾ ਕਰਨਾ ਹੋਵੇ ਉਹਨੂੰ 1 kg ਦੀ ਜਿਹੜੀ ਚੀਜ਼ ਉਹ ਵੀ ਚੁੱਕਣੀ ਬਹੁਤ ਮੁਸ਼ਕਲ ਹੁੰਦੀ ਆ। ਹਾਂਜੀ, ਜਦੋਂ ਮਾਇੰਡ ਬਣਾਉਣਾ ਕਿ ਮੈਂ 1 kg ਚੁੱਕਣਾ ਉਹ ਫਿਰ ਚੁੱਕਿਆ ਜਾਂਦਾ। ਹਾਂਜੀ, ਕਿਆ ਬਾਤ ਆ। ਸਕੂਲ ਦੇ ਵਿੱਚ ਜਦੋਂ ਤੁਸੀਂ ਸੋਗਲਿੰਗ ਕਰ ਰਹੇ ਸੀਗੇ, ਹਾਂਜੀ, ਉਦੋਂ ਵੀ ਤੁਹਾਡਾ ਮਾਇੰਡ ਇਹ ਬਣਿਆ ਸੀ ਜਾਂ 2013 ਵਿੱਚ ਹੀ ਜਾਂ ਬਾਅਦ 'ਚ ਹੀ? ਕਿਉਂਕਿ ਬਚਪਨ 'ਚ ਜਦੋਂ ਹੁੰਦਾ ਵਾ ਬੱਚੇ ਸ਼ਰਾਰਤੀ ਹੁੰਦੇ ਆ ਜਾਂ ਆਪਣੀਆਂ ਖਵਾਹਿਸ਼ਾਂ ਪੂਰੀਆਂ ਕਰਦੇ, ਖੇਡਦੇ ਮਲਦੇ ਆ, ਬਾਕੀ ਉਹਨਾਂ ਚੀਜ਼ਾਂ ਨਾਲ ਗਰਜ਼ ਨਹੀਂ ਹੁੰਦੀ? ਅਸਲ 'ਚ 7ਵੀਂ 8ਵੀਂ ਤੋਂ ਸ਼ੁਰੂ ਕਰਤੀ ਸੀ ਮੈਂ ਸਪੋਰਟਸ ਘਰ ਸੀ ਆਪਣੇ ਵਾਲਦ ਸਾਹਿਬ ਦੇ ਨਾਲ, ਅਤੇ ਫਿਰ ਆਹਿਸਤਾ ਆਹਿਸਤਾ ਮੇਰਾ ਇਹ ਰਿਕਾਰਡ ਹੈਗਾ ਵੀ ਕਿ ਮੈਂ ਬੇਫੋਮ ਅਤੇ ਵਰਲਡ ਕੱਪ ਕਬੱਡੀ ਖੇਡਿਆ ਸੀ। ਮੇਰਾ ਉਸ ਟਾਈਮ ਆਈ ਡੀ ਕਾਰਡ ਵੀ ਨਹੀਂ ਬਣਿਆ ਸੀ ਅਤੇ ਮੈਂ ਮਤਲਬ ਫਖਰ ਦੀ ਗੱਲ ਯੰਗ ਸਟਾਰ, ਬਲਕਿ ਤੁਸੀਂ ਕਹਿ ਸਕਦੇ ਹੋ ਕਿ ਅਰਲੀ ਯੰਗ ਸਟਾਰ, ਨੌਜਵਾਨ ਤੁਸੀਂ ਜਿਹੜੇ ਨਾ, ਮਤਲਬ ਬਹੁਤ ਕਿਆ ਬਾਤ ਆ। ਤੁਸੀਂ ਮਤਲਬ ਆਪਣੇ ਬਚਪਨ ਸੀ ਵਿੱਚ ਜਦੋਂ ਤੁਸੀਂ ਇੰਨਾ ਕੰਮ ਕਰ ਲਿਆ ਬੇਫਮ ਤਾਂ ਅੱਜ ਕੱਲ੍ਹ ਬਚਪਨ ਹੁੰਦਾ, ਕਿਆ ਬਾਤ ਆ। ਸਕੂਲ ਦੇ ਵਿੱਚ ਤੁਸੀਂ ਜਿਹੜੇ ਹੈ ਸੀ, ਸਕੂਲ ਦੇ ਵਿੱਚ ਸ਼ਰਾਰਤੀ ਬੱਚੇ ਸੀਗੇ ਜਾਂ ਬੜੇ? ਨਹੀਂ, ਸਕੂਲਿੰਗ ਦੇ ਵਿੱਚ ਤਾਂ ਫਿਰ ਜ਼ਿਆਦਾ ਬੱਚਾ ਪੜ੍ਹਨ ਵਾਲਾ ਹੁੰਦਾ ਹੈ ਕਿਉਂਕਿ ਟੀਚਰਸ ਸਾਰੇ ਉਹ ਫੋਰਸ ਕਰਦੇ ਨੇ ਕਿ ਸਟੱਡੀ ਫੋਕਸ। ਘਰ ਵੱਲੋਂ ਵੀ ਥੋੜ੍ਹਾ ਹੈ ਸੀ ਸਾਨੂੰ ਕਿ ਸਪੋਰਟਸ ਕਰਨੀ ਹੈ, ਸਾਰਾ ਕੁਛ ਕਰਨਾ ਠੀਕ ਹੈ, ਪਰ ਤੁਸੀਂ ਸਟੱਡੀ ਨੂੰ ਨਹੀਂ ਛੱਡਣਾ। ਹਾਲੇ ਤੱਕ ਵੀ ਇਹੀ ਹੈ ਕਿ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪੜ੍ਹਨ ਆਏ, ਜੋ ਮਰਜ਼ੀ ਹੋਈਏ ਤੁਸੀਂ ਸਟੱਡੀ ਨਹੀਂ ਛੱਡਣੀ। ਇੱਥੋਂ ਤੱਕ ਕਿ ਅਸੀਂ ਕੈਂਪਾਂ 'ਚ ਵੀ ਆਉਂਦੇ ਹਾਂ ਅਤੇ ਅਸੀਂ ਆਪਣੀ ਬੁੱਕਸ ਵਗੈਰਾ ਲੈ ਕੇ ਆਉਂਦੇ ਹਾਂ। ਛੋਟੀ ਵਾਲੀ ਸਿਸਟਰ, ਵੈਸੇ ਅਸੀਂ ਸਕੀਆਂ 4 ਭੈਣਾਂ ਵਾਂ, ਅਸੀਂ 4 ਭੈਣਾਂ ਨੇ ਵਰਲਡ ਕੋਲ ਲੱਗਾ ਸੀਗਾ। ਹਾਂਜੀ, ਔਰ ਤੁਸੀਂ 4 ਭੈਣਾਂ ਭਾਈ ਕਿੰਨੇ? ਮੇਰੇ 2 ਭਰਾ ਨੇ, ਆਦਿਲ ਸਾਈਮਨ, ਉਹ ਵੀ ਸਾਈਕਲਿਸਟ ਨੇ, ਇੰਟਰਨੈਸ਼ਨਲੀ ਬ੍ਰਾਊਨਸ ਮੈਡਲਿਸਟ ਹੈਗੀ ਸਪੋਰਟਸ ਫੈਮਿਲੀ। ਹਾਂਜੀ ਬਿਲਕੁਲ, ਮੋਸਟਲੀ ਸਾਡੇ ਨਿਊਜ਼ ਵਾਲੇ ਅਤੇ ਸਾਰੇ ਉਹ ਕਹਿੰਦੇ ਕਿ ਇਹ ਮੈਡਲਸ ਫੈਮਿਲੀਆਂ ਨੇ ਕਿਉਂਕਿ ਸਾਡੀਆਂ ਤਸਵੀਰਾਂ ਇਹੋ ਜਿਹੀਆਂ ਹੈਗੀਆਂ ਨੇ ਅਤੇ ਉਹਨਾਂ 'ਚ ਅਸੀਂ ਬਹੁਤ ਜ਼ਿਆਦਾ ਗਲੀਆਂ 'ਚ ਮੈਡਲ ਪਾਏ। ਟੋਟਲ ਤੁਹਾਡੇ ਕਿੰਨੇ ਮੈਡਲ ਤੁਹਾਡੇ ਕੋਲ ਇਸ ਟਾਈਮ ਤੁਹਾਡੀ ਫੈਮਿਲੀ ਘਰ ਲੈ ਕੇ ਆਈ? ਕਦੀ ਕਾਊਂਟ ਹੀ ਨਹੀਂ ਕੀਤੇ। ਮੈਂ ਕਈ ਇੰਟਰਵਿਊਜ਼ਾਂ 'ਚ ਕਹਿੰਦੀ ਹਾਂ ਕਿ ਮੈਂ ਸ਼ੀਲਡਾਂ ਦੇ ਟਰੋਫੀਆਂ ਨੇ ਤੋੜਿਆਂ 'ਚ ਭਰ ਭਰ ਕੇ ਗੈਲਰੀ 'ਤੇ ਰੱਖਣੀਆਂ, ਇੰਨਾ ਸਾਡਾ ਘਰ ਸ਼ੀਲਡਾਂ ਨਾਲ ਭਰਿਆ ਹੋਇਆ। ਅੱਛਾ, ਵੈਸੇ ਕੈਸੀ ਗੱਲ ਵਾ ਕਿ ਜਿਹੜੇ ਲੋਕਾਂ ਦੇ ਬੱਚੇ ਹੁੰਦੇ ਘਰ ਲਾਮੇ ਲੈ ਕੇ ਆਉਂਦੇ ਆ, ਤੁਸੀਂ ਘਰ ਮੈਡਲਸ ਲੈ ਕੇ ਆ ਰਹੇ ਹੋ, ਟਰੋਫੀਜ਼ ਲੈ ਕੇ ਆ ਰਹੇ ਹੋ? ਹਾਂਜੀ, ਮੇਰੇ ਜਦੋਂ ਖੁਦਾ ਮੇਰੇ ਦਾਦਾ ਦਾਦੀ ਨੂੰ ਜਨਨ ਸੇਵ ਕਰੇ, ਜਦੋਂ ਉਹ ਜ਼ਿੰਦਾ ਸੀ ਉਸ ਟਾਈਮ ਉਹ ਸਾਨੂੰ ਬਹੁਤ ਜ਼ਿਆਦਾ ਅਬਲਾਈਜ ਕਰਦੇ ਸੀ ਕਿਉਂਕਿ ਏਅਰਪੋਰਟ 'ਤੇ ਛੱਡਣ ਜਾਣਾ ਲੈ ਕੇ ਆਉਂਦੇ, ਜਦੋਂ ਮੈਡਲ ਲੈ ਕੇ ਆਉਂਦੇ ਸਨ ਅਤੇ ਫਿਰ ਉਹ ਜ਼ਾਹਿਰ ਜਿਹੀ ਗੱਲ ਹੈ ਜਿਸ ਜਗ੍ਹਾ 'ਤੇ ਅਸੀਂ ਰਹਿੰਦੇ ਹਾਂ ਉਸ ਜਗ੍ਹਾ 'ਤੇ ਕਾਫੀ ਖੁਸ਼ੀ। ਹਾਂਜੀ, ਕਮਿਊਨਿਟੀ ਦੇ ਵਿੱਚ ਨਾ ਕਾਫੀ ਖੁਸ਼ੀ ਮਹਿਸੂਸ ਕਰਦੇ ਸੀ ਅਤੇ ਬਹੁਤ ਅੱਛਾ ਫੀਲ ਹੁੰਦਾ ਸੀ। ਇਸ ਟਾਈਮ ਵੀ ਫੈਮਿਲੀ 'ਚ ਮੈਡਲਸ ਲੈ ਕੇ ਆਉਂਦੇ ਹਾਂ ਅਤੇ ਬੜਾ ਅੱਛਾ ਫੀਲ ਹੁੰਦਾ ਵੇ, ਦੁਆਵਾਂ ਦਿੰਦੇ ਹੋ ਔਰ ਤੁਹਾਡੇ ਵਾਲਦਿਆਂ ਨੂੰ ਫਖਰ ਕਰਦੇ ਕਿ ਤੁਹਾਨੂੰ ਜਿਹੜਾ ਇਲਾਕਾ ਤੁਹਾਡਾ ਸਾਰਾ ਜਿਹੜਾ ਹੈਗੀ ਤੁਹਾਡੀ ਕਮਿਊਨਿਟੀ ਆ ਉਹ ਫਖਰ ਕਰਦੀ ਆ। ਹਾਂਜੀ ਬਿਲਕੁਲ, ਇਸੇ ਤਰ੍ਹਾਂ ਅਸੀਂ 4 ਭੈਣਾਂ ਵਾ, ਵਿਰੋਨਿਕਾ ਸੁਹੇਲ, ਮਰੀਅਮ ਸੁਹੇਲ, ਸਾਹਿਬਲ ਸੁਹੇਲ, ਅਸੀਂ 4 ਭੈਣਾਂ ਨੇ ਪਾਵਰ ਲਿਫਟਿੰਗ ਹੀ ਖੇਡਦੇ ਹਾਂ, ਵੇਟ ਲਿਫਟਿੰਗ ਕਰਦੇ ਹਾਂ ਅਤੇ 4 ਭੈਣਾਂ ਨੇ ਹੀ ਏਸ਼ੀਆ ਦਾ ਵਰਲਡ ਰਿਕਾਰਡ ਬਣਾਇਆ। ਹਾਲੇ ਤੱਕ ਸਕੀਆਂ 4 ਭੈਣਾਂ ਕੋਈ ਵੀ ਨਹੀਂ ਹੈਗੀਆਂ ਅਤੇ ਅਸੀਂ ਪਾਰਟੀਸਪੇਸ਼ਨ ਦਾ ਵੀ ਮੈਡਲ ਬਣਾਇਆ ਅਤੇ ਨਾਲ ਅਸੀਂ 2 ਗੋਲਡ ਮੈਡਲ ਅਤੇ 2 ਬਰੌਨਜ਼ ਮੈਡਲ ਲਿਖੇ ਨੇ ਅਤੇ ਸਾਨੂੰ ISPR ਵੱਲੋਂ ਨਾ ਅਵਾਰਡ, ਪ੍ਰਾਈਡ ਆਫ ਪਰਫੋਰਮੈਂਸ ਨਵਾਜ਼ਿਆ। ਹਾਂਜੀ ਬਿਲਕੁਲ, ਕਿਆ ਬਾਤ ਆ। ਕੁਛ ਤੁਹਾਨੂੰ ਯਾਦ ਹੋਵੇ, ਸ਼ਾਇਦ ਤੁਸੀਂ ਨਹੀਂ ਦੇਖਿਆ, ਬੈਂਜਮਨ ਸਿਸਟਰਸ ਹੁੰਦੀ ਸੀ ਇੱਕ? ਹਾਂਜੀ, ਸਲੀਨਾ ਵਿਲੀਅਮ ਦੇ ਦੋਨੇ ਭੈਣਾਂ। ਹਾਂਜੀ, ਉਹਨਾਂ ਤੋਂ ਬਾਅਦ ਵਾਹਿਦ ਪਾਕਿਸਤਾਨ 'ਚ, ਪੂਰੇ ਵਰਲਡ 'ਚ ਅਸੀਂ 4 ਭੈਣਾਂ ਮੰਨੀਆਂ ਜਾਂਦੀਆਂ। ਕਿਆ ਬਾਤ ਆ, ਜਿਹੜੀਆਂ ਮੰਨੀਆਂ ਜਾਂਦੀਆਂ, ਕਿਆ ਬਾਤ। ਤੁਸੀਂ ਸਾਡੇ ਪਾਕਿਸਤਾਨ ਦੀ ਸ਼ਾਨ, ਤੁਸੀਂ ਸਾਡੇ ਪਾਕਿਸਤਾਨ ਦਾ ਪ੍ਰਾਊਡ ਹੋ ਇੱਕ। ਅੱਲਾਹ ਤਾਲਾ ਤੁਹਾਨੂੰ, ਖੁਦਾਵੰਦ ਤੁਹਾਨੂੰ ਹੋਰ ਲੰਬੀ ਜਿਹੜੀ ਹੈਗੀ ਆ ਉਹ ਜਿਹੜੀ ਖੇਡਾਂ ਵਿੱਚ ਜਿਹੜਾ ਹੈਗਾ ਵਾ ਉਹ ਲੈ ਕਰ ਜਾਵੇ ਔਰ ਤੁਹਾਨੂੰ ਹੋਰ ਕਾਮਯਾਬੀਆਂ ਮਿਲੇ। ਕੋਈ ਐਸੀ ਖਵਾਹਿਸ਼ ਤੁਹਾਡੀ ਰਹਿ ਗਈ ਜਿਹੜੀ ਪੂਰੀ ਹਜੇ ਤੱਕ ਨਹੀਂ ਹੋਈ ਹੋਵੇ? ਹਾਂਜੀ, ਮੇਰੀ ਨਾ ਵਰਲਡ ਟਾਈਟਲ ਜਿੱਤਣ ਦੀ ਖਵਾਹਿਸ਼ ਹੈ ਓਲੰਪਿਕਸ ਵਿੱਚ, ਕਿਉਂਕਿ ਸਾਡੇ ਬੈਂਚ ਪ੍ਰੈਸ ਵੀ ਹੁਣ ਓਲੰਪਿਕਸ 'ਚ ਆ ਗਈ ਹੋਈ ਹੈ ਅਤੇ ਖਵਾਹਿਸ਼ ਮੇਰੀ ਬਹੁਤ ਜ਼ਿਆਦਾ ਹੈ ਕਿ ਤਾਂ ਮੈਨੂੰ ਇਸ ਚੀਜ਼ ਤੋਂ ਵੀ ਨਵਾਜ਼ੇ, ਕਿਉਂਕਿ ਮੁਸਲਸਲ ਏਸ਼ੀਆ ਦੇ ਟਾਈਟਲ ਲੈ ਲਿੱਤੇ ਆ ਅਤੇ ਹੁਣ ਦਿਲੀ ਬੰਦੇ ਦੀ ਹਸਰਤ ਹੁੰਦੀ ਕਿ ਹੁਣ ਮੈਂ ਇੱਕ ਦਫ਼ਾ ਵਰਲਡ ਨੂੰ ਟੱਚ ਕਰਾਂ। ਅਗਰ ਟਵਿੰਕਲ ਅੱਜ ਸਟਾਰ, ਕਬੱਡੀ ਸਟਾਰ ਨਾ ਹੁੰਦੀ ਜਾਂ ਵੇਟ ਲਿਫਟਰ ਨਾ ਹੁੰਦੀ, ਹਾਂਜੀ, ਟਵਿੰਕਲ ਅੱਜ ਕੀ ਹੁੰਦੀ ਹੈ? ਕੁਛ ਵੀ ਨਹੀਂ। ਕੁਛ ਵੀ ਨਹੀਂ ਹੁੰਦੀ? ਕੁਛ ਵੀ ਨਹੀਂ, ਕੁਛ ਨਹੀਂ ਸੋਚਿਆ ਇਸ ਤੋਂ ਇਲਾਵਾ, ਹੋਰ ਕੁਛ ਸੋਚਿਆ ਹੋਵੇ? ਨਹੀਂ, ਅਸਲ 'ਚ ਸਟਾਰਟਿੰਗ ਜਦੋਂ ਬੰਦਾ, ਬੱਚਾ ਗਰੋਥ ਕਰ ਰਿਹਾ ਹੁੰਦਾ ਨਾ, ਉਸ ਟਾਈਮ
ਵਾਲ ਸਾਹਿਬ ਤੁਹਾਡੇ ਜਿਹੜੇ ਹੈਗੇ ਆ ਪਾਪਾ ਤੁਹਾਡੇ ਉਹ ਕਿਹੜੀ ਗੇਮ ਜਿਹੜੇ ਹੈ ਸੀ ਉਹ ਉਹਨਾਂ ਨੂੰ ਕ੍ਰਿਕਟ ਕਰਨਾ ਪਸੰਦ ਸੀ ਅੱਛਾ ਤੇ ਜਿਸ ਬੈਟ ਦੇ ਨਾਲ ਉਹ ਕ੍ਰਿਕਟ ਬਾਰ ਖੇਲ ਕੇ ਆਉਂਦੇ ਸੀ ਨਾ ਉਸੇ ਬੈਟ ਨਾਲ ਉਹਨਾਂ ਨੂੰ ਘਰ ਆ ਕੇ ਮਾਰ ਪੈਂਦੀ ਸੀ ਓਏ ਕਿ ਘਰ ਤੋਂ ਘਰ 'ਚ ਵੱਡੇ ਹੈਗੇ ਸਨ ਅਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਜ਼ਿੰਮੇਦਾਰੀਆਂ ਸੰਭਾਲੋ ਆਪਣੀ ਪੂਰੀ ਫੈਮਿਲੀ ਉਸ ਟਾਈਮ ਉਹ ਟਾਈਮ ਵੀ ਇਹੋ ਜਿਹਾ ਹੈਗਾ ਸੀ ਉਸ ਟਾਈਮ 'ਤੇ ਜ਼ਿਆਦਾ ਲੋਕ ਹੱਥ ਵਟਾਉਣ ਅਤੇ ਘਰ ਚੱਲਦੇ ਹੁੰਦੇ ਸਨ ਅਤੇ ਹਾਂਜੀ ਬਿਲਕੁਲ ਅਤੇ ਫਿਰ ਉਹ ਆਪਣੀ ਜ਼ਿੰਮੇਦਾਰੀਆਂ ਦੀ ਵਜ੍ਹਾ ਤੋਂ ਨਹੀਂ ਕਰ ਸਕੇ ਅੱਛਾ ਲੇਕਿਨ ਹੁਣ ਜਿਹੜੇ ਹੈਗਾ ਵਾ ਉਹ ਪ੍ਰਾਊਡ ਤੁਹਾਨੂੰ ਕਰਦੇ ਬਹੁਤ ਜ਼ਿਆਦਾ ਪ੍ਰਾਊਡ ਕਰਦੇ ਨੇ ਭਰਾ ਵੀ ਭੈਣਾਂ ਵੀ ਸਾਰੀ ਪੂਰੀ ਫੈਮਿਲੀ ਹੈ ਨਾ ਉਹ ਕਿਸੇ ਫੰਕਸ਼ਨ ਜਾਂ ਕਿਸੇ ਜਗ੍ਹਾ 'ਤੇ ਜਾਂਦੇ ਹਾਂ ਅਤੇ ਬੜਾ VIP ਪ੍ਰੋਟੋਕੋਲ ਮਿਲਦਾ ਕਿ ਅਸੀਂ ਆ ਕੇ ਹਾਂ ਦੇਖੋ ਬਾਕੀ ਵੀ ਗਰਲਸ ਜਿਹੜੀਆਂ ਹੈਗੀਆਂ ਬਾਕੀ ਵੀ ਜਿਹੜੀਆਂ ਤੁਹਾਡੀ ਦੋਸਤਾਂ ਹੋਣਗੀਆਂ ਜਾਂ ਤੁਹਾਡੀ ਰਿਲੇਸ਼ਨਸ਼ਿਪ ਵਿੱਚ ਹੋਣਗੇ ਉਹ ਵੀ ਤਾਂ ਹੈਗੀਆਂ ਲੇਕਿਨ ਨਹੀਂ ਜਿਹਨਾਂ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਉਹਦੇ ਪਿੱਛੇ ਤੁਹਾਡੀ ਸਟਰਗਲ ਆ ਹਾਂਜੀ ਬਿਲਕੁਲ ਮੈਂ ਸ਼ੁਕਰ ਕਰਨੀ ਆਪਣੀ ਫੈਮਿਲੀ ਦੀ ਕਿ ਉਹਨਾਂ ਨੇ ਅੱਜ ਅਗਰ ਉਹ ਇਸ ਮੂਮੈਂਟ 'ਤੇ ਸਾਨੂੰ ਸਪੋਰਟ ਨਾ ਕਰਦੇ ਜਿਸ ਟਾਈਮ 'ਤੇ ਲੋਕ ਮੈਂ ਮੋਸਟਲੀ ਕਹਿੰਦੀ ਹਾਂ ਇਹ ਗੱਲ ਕਿ ਜਿਹੋ ਜਿਹੀ ਸਾਡੀ ਕਮਿਊਨਿਟੀ ਹੈ ਨਾ ਉਹਨਾਂ ਦੇ ਬੱਚੇ ਬਹੁਤ ਜ਼ਿਆਦਾ ਇੱਧਰ ਉੱਧਰ ਘੁੰਮਦੇ ਨੇ ਅਲੱਗ ਅਲੱਗ ਚੀਜ਼ਾਂ ਵੱਲੇ ਜਾਂਦੇ ਨੇ ਪਰ ਸਾਡੇ ਮਾਂ ਪਿਓ ਨੇ ਸਾਨੂੰ ਇੱਧਰ ਸੀ ਦਿੱਤਾ ਪੜ੍ਹਾਈ ਵਾਲੇ ਆਉਣ ਦਾ ਸਪੋਰਟਸ ਵਾਲੇ ਆਉਣ ਦਾ ਅਤੇ ਅੱਜ ਅਸੀਂ ਪੂਰੇ ਪਾਕਿਸਤਾਨ 'ਚ ਪੂਰੇ ਵਰਲਡ 'ਚ ਉਹਨਾਂ ਦਾ ਨਾਮ ਰੋਸ਼ਨ ਕੀਤਾ ਹੈ ਨਾਮ ਰੋਸ਼ਨ ਕੀਤਾ ਔਰ ਘੱਟ ਹੀ ਬੱਚੇ ਨਾਮ ਰੋਸ਼ਨ ਕਰਦੇ ਮੈਂ ਜਿਹੜੀ ਗੱਲ ਅੱਗੇ ਕੀਤੀ ਨਾ ਕਿ ਬਚਪਨ 'ਚ ਲਾਮੇ ਲੈ ਕੇ ਆਉਂਦੇ ਜਾਂ ਜਿਹੜੇ ਬੱਚੇ ਲੈ ਕੇ ਆਉਂਦੇ ਲੇਕਿਨ ਤੁਸੀਂ ਮੈਡਲਸ ਘਰ ਲੈ ਕੇ ਆ ਰਹੇ ਹੋ ਹਾਂਜੀ ਅੱਛਾ ਮੈਂ ਇੱਕ ਥੋੜ੍ਹਾ ਜਿਹਾ ਜ਼ਰਾ ਹੋਰ ਕਬੱਡੀ ਦੇ ਮੁਤਲਕ ਮੈਂ ਇੱਕ ਦੋ ਸਵਾਲ ਕਰਨਾ ਚਾਹ ਰਿਹਾ ਹਾਂ ਜਦੋਂ ਤੁਸੀਂ ਇੰਡੀਆ ਵਿੱਚ ਗਏ ਤੁਹਾਨੂੰ ਲੱਗਾ ਨਹੀਂ ਕਿ ਜਿਹੜੀਆਂ ਅਗਲੀਆਂ ਜੈਸੇ ਉਹ ਸੀਰਾ ਲਿਆਉਣ ਦੀ ਇੱਕ ਟੀਮ ਉਦੋਂ ਆਈ ਸੀ ਉਹਨਾਂ ਵਿੱਚ ਜਿਹੜੀਆਂ ਹੈ ਸੀ ਈਰਾਨ ਦੀਆਂ ਵੀ ਟੀਮਾਂ 'ਚ ਹੈਗੀਆਂ ਸੀਗੀਆਂ ਹਾਂਜੀ ਕੇਨੀਆ ਦੀ ਸੀ ਮੈਕਸੀਕੋ ਦੀ ਸੀ ਨਿਊਜ਼ੀਲੈਂਡ ਉਹ ਮਾਸ਼ਾਅੱਲਾ ਬਹੁਤ ਲੜਕੀਆਂ ਸਟਰੋਂਗ ਔਰ ਬੜੀ ਵਜ਼ਨੀ ਸੀਗੀਆਂ ਨਹੀਂ ਜ਼ਿਆਦਾ ਤਾਂ ਸਾਨੂੰ ਇੰਨਾ ਕਿਸੇ ਟੀਮ ਤੋਂ ਡਰ ਨਹੀਂ ਲੱਗਿਆ ਸਿਰਫ ਵਾਹਿਦ ਇੱਕ ਨਿਊਜ਼ੀਲੈਂਡ ਦੀ ਟੀਮ ਸੀ ਕਿਉਂਕਿ ਉਹਨਾਂ ਦੀ ਟੀਮ 'ਚ ਨਾ ਉਹਨਾਂ ਨੇ ਸੋਮੋ ਰੈਸਲਿੰਗ ਵਾਲੀਆਂ ਬੁੱਢੀਆਂ ਪਾਈਆਂ ਸੀ ਅੱਛਾ ਅੱਛਾ ਉਹ ਬਹੁਤ ਹੈਵੀ ਸੀ ਉਹਨਾਂ ਨੂੰ ਵੇਖ ਕੇ ਥੋੜ੍ਹਾ ਕਿਉਂਕਿ ਅਸੀਂ ਜਿਹੜਾ ਮੈਚ ਅੱਗੇ ਸਾਡਾ ਹੋਣਾ ਹੁੰਦਾ ਸੀ ਉਹਨਾਂ ਟੀਮਾਂ ਦੇ ਅਸੀਂ ਨਾ ਟੀਵੀ 'ਤੇ ਮੈਚ ਵੇਖ ਰਹੇ ਹੁੰਦੇ ਸੀ ਆਪਣੇ ਰੂਮ 'ਚ ਅਤੇ ਉਹਨਾਂ ਤੋਂ ਥੋੜ੍ਹਾ ਜਿਹਾ ਖੌਫ ਆਉਂਦਾ ਸੀ ਪਰ ਸਾਨੂੰ ਇਹ ਚੀਜ਼ ਸਹਾਈ ਗਈ ਸੀ ਕਿ ਤੁਸੀਂ ਲੋਕਾਂ ਨੇ ਡਰਨਾ ਨਹੀਂ ਜੋ ਤੁਹਾਨੂੰ ਸਹਾਇਆ ਇੱਕ ਦਫ਼ਾ ਤੁਸੀਂ ਦੱਸਣਾ ਕਿ ਹੁੰਦਾ ਹਿੰਮਤ ਕਿ ਹਿੰਮਤ ਹੋਣੀ ਚਾਹੀਦੀ ਬੰਦਾ ਸਭ ਕੁਝ ਕਰ ਸਕਦਾ ਹਾਂਜੀ ਬਿਲਕੁਲ ਔਰ ਤੁਸੀਂ ਕਿਸੇ ਫਿਰ ਜਿਹੜੀ ਹੈਗੀ ਉਹਨੂੰ ਕਿਸੇ ਨੂੰ ਜੱਫਾ ਵੀ ਕੀਤਾ ਕਿ ਨਹੀਂ ਹਾਂਜੀ ਮਤਲਬ ਨਿਊਜ਼ੀਲੈਂਡ ਦੇ ਨਾਲ ਵੀ ਸਾਡਾ ਟਫ ਮੁਕਾਬਲਾ ਗਿਆ ਸੀ ਕਾਫੀ ਟਫ ਮੁਕਾਬਲਾ ਦੋ ਟੀਮਾਂ ਨਾਲ ਹੀ ਜ਼ਿਆਦਾ ਟਫ ਇੱਕ ਨਿਊਜ਼ੀਲੈਂਡ ਨੇ ਇੱਕ ਇੰਡੀਆ ਦੇ ਬਹੁਤ ਜ਼ਿਆਦਾ ਸਟਰੋਂਗ ਚੜ੍ਹਦੇ ਪਰ ਅਸੀਂ ਲੋਕ ਇਸ ਗੱਲ ਤੋਂ ਬਹੁਤ ਖੁਸ਼ ਸਾਂ ਕਿ ਸਾਡੀ 2 ਮਹੀਨੇ ਦੀ ਟ੍ਰੇਨਿੰਗ ਨਾਲ ਅਸੀਂ ਵਰਲਡ ਕੱਪ ਕਬੱਡੀ ਨੂੰ ਪਾਰਟਿਸਪੇਟ ਕੀਤਾ ਅਤੇ ਬਰਾਊਨ ਮੈਡਲ ਲਿੱਤਾ ਅਗਰ ਇਹਨੂੰ ਹੋਰ ਇਸ ਮੂਮੈਂਟ 'ਤੇ ਵੀ ਅੱਜ ਦੇ ਦੌਰ 'ਚ ਵੀ ਅਗਰ ਇਹਨੂੰ ਹੋਰ ਅਪਲਾਈਜ ਕੀਤਾ ਜਾਏ ਤਾਂ ਸਾਡੇ ਪਾਕਿਸਤਾਨੀ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ ਅਸੀਂ ਮੁੰਡਿਆਂ ਵਾਂਗਰੂ ਮੈਡਲ ਲੈ ਕੇ ਆ ਸਕਦੇ ਹਾਂ ਬਿਲਕੁਲ ਠੀਕ ਹੋ ਗਿਆ ਹਾਂਜੀ ਔਰ ਹਜੇ ਵੀ ਤੁਸੀਂ ਲੈ ਕੇ ਆ ਰਹੇ ਹੋ ਹਾਂਜੀ ਬਿਲਕੁਲ ਕੀ ਬਾਤ ਹੈ ਜੀ ਥੈਂਕ ਯੂ ਸੋ ਮੱਚ ਬਹੁਤ ਅੱਛਾ ਲੱਗਾ ਔਰ ਟਵਿੰਕਲ ਜਿਹੜੀ ਹੈ ਇੱਕ ਬਹੁਤ ਅੱਛੀ ਬੱਚੀ ਹੈ ਔਰ ਮਾਸ਼ਾਅੱਲਾ ਆਪਣੇ ਮਾਂ ਬਾਪ ਦਾ ਰੋਸ਼ਨ ਕਰ ਰਹੀ ਨਾਮ ਬਹੁਤ ਸ਼ੁਕਰੀਆ ਮੇਰਾ ਨਾਮ ਟਵਿੰਕਲ ਚੋਹਲਾ ਔਰ ਆਪ ਦੇਖ ਰਹੇ ਹੈ ਯੂਟਿਊਬ ਚੈਨਲ ਨਵੀਦ ਬੰਦੇਸ਼ਾ ਔਰ ਇਸ ਚੈਨਲ ਕੋ ਸਬਸਕ੍ਰਾਈਬ ਕਰੇ